ਜਥੇਬੰਦੀ ਵੱਲੋਂ ਡੀਸੀ ਗੁਰਜੀਤ ਸਿੰਘ ਖਹਿਰਾ ਅੰਮ੍ਰਿਤਸਰ ਨੂੰ ਦਿੱਤਾ ਮੰਗ ਪੱਤਰ। ਕੁਝ ਫੈਕਟਰੀਆਂ ਨੇ ਅੰਦਰ ਬੋਰ ਕਰਕੇ ਗੰਦਾ ਪਾਣੀ ਜ਼ਮੀਨ ਵਿੱਚ ਸੁੱਟ ਰਹੇ ਹਨ। ਬਿਆਸ ਦਰਿਆ ਵਿੱਚ ਵੀ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਇਸ ਨੂੰ ਜਲਦੀ ਰੋਕਿਆ ਜਾਵੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਪਮ ਹੱਥ, ਇਹ ਗੁਰਬਾਣੀ ਦੇ ਸ਼ਬਦ, ਸਤਿਗੁਰਾਂ ਨੇ ਪਾਣੀ ਨੂੰ ਪਵਿੱਤਰ ਦਰਜਾ, ਹਵਾ ਨੂੰ ਪਵਿੱਤਰ ਦਰਜਾ ਦਿੱਤਾ ਗਿਆ ਹੈ। ਜੋ ਟਾਂਗਰੇ ਦੇ ਨਜ਼ਦੀਕ ਇੱਕ ਫੈਕਟਰੀ ਲੱਗੀ ਹੈ, ਉਹਦਾ ਨਾਂ ਸਨ ਸਟਾਰ। ਉਹਦੇ ਮਾਲਕ ਨੇ ਕੀ ਕੀਤਾ ਹੈ ਕਿ ਕੋਈ ਪਾਣੀ ਦਾ ਵਿਕਾਸ ਕਿਸੇ ਰੋਈ ਜਾਂ ਕਿਸੇ ਹੋਰ ਜਗ੍ਹਾ 'ਤੇ ਨਹੀਂ ਖੜਿਆ, ਕੇਵਲ ਪਾਣੀ ਦਾ ਜਿੰਨਾ ਗੰਦਾ ਨਿਕਾਸ ਹੈ ਉਹ ਬੋਰ ਕਰਕੇ ਜ਼ਮੀਨ ਦੇ ਵਿੱਚ ਪਾ ਦਿੱਤਾ ਗਿਆ ਹੈ, ਜਿਹਦੇ ਨਾਲ ਪਿੰਡਾਂ ਦੇ ਲੋਕ ਅੱਜ ਗੰਦਾ ਪਾਣੀ ਪੀ ਰਹੇ ਨੇ, ਜਿਹਦੇ ਨਾਲ ਬਿਮਾਰੀਆਂ ਫੈਲ ਗਈਆਂ ਨੇ, ਕਾਲਾ ਪੀਲੀਆ, ਕੈਂਸਰ ਦੇ ਰੋਗ, ਇੱਦਾਂ ਦੇ ਰੋਗ ਜਿਹੜੇ ਬਿਮਾਰੀਆਂ ਵੱਧ ਰਹੀਆਂ ਹਨ, ਉਹਨੂੰ ਰੋਕਣ ਵਾਸਤੇ ਅੱਜ ਅਸੀਂ ਡੀਸੀ ਗੁਰਪ੍ਰੀਤ ਸਿੰਘ ਖਹਿਰੇ ਨੂੰ ਮੰਗ ਪੱਤਰ ਦਿੱਤਾ ਹੈ। ਇੱਕ ਨਾਲ ਹੀ ਰਾਣਾ ਮਿੱਲ ਜਿਹੜੀ ਮਹਿਤਾ ਰੋਡ 'ਤੇ ਗੁਰਜੀਤ ਸਿੰਘ ਉਹਦਾ ਨਾਂ ਹੈ, ਬੜੇ ਚਿਰ ਤੋਂ ਉਹ ਪਿੰਡ ਵਾਸੀ ਲੋਕ ਲਾਗੇ ਲਾਗੇ ਦੇ ਡੀਸੀਆਂ ਨੂੰ ਵੀ ਮੰਗ ਪੱਤਰ, ਸਰਕਾਰਾਂ ਨੂੰ ਮੰਗ ਪੱਤਰ ਦਿੱਤੇ ਆ ਰਹੇ ਹਨ। ਪਰ ਅਸੀਂ ਅੱਜ ਇੱਕ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਹਨ, ਉਹਨਾਂ ਨੂੰ ਵੀ ਮੰਗ ਪੱਤਰ ਜਿਹੜੀਆਂ ਚਿੱਠੀਆਂ ਕੱਢਦੇ ਹਾਂ। ਤੀਸਰਾ ਇਹ ਹੈ ਕਿ ਬਿਆਸ ਦਰਿਆ ਦੇ ਕੰਢੇ ਦੇ ਇੱਕ ਬਿਆਸ ਡੇਰੇ ਦਾ ਜਿਹੜਾ ਉੱਥੋਂ ਦਾ ਰਹਿਦਾ ਸੁਆਮੀ ਮੁੱਖ ਸੰਚਾਲਕ ਹੈ, ਉਸ ਡੇਰੇ ਦਾ ਪਾਣੀ ਵੀ ਸਾਰਾ ਬਿਆਸਾ ਦਰਿਆ ਦੇ ਵਿੱਚ ਗੰਦਲਾ ਪਾਇਆ ਜਾ ਰਿਹਾ ਹੈ, ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਅਸੀਂ ਉਹਨੂੰ ਵੀ ਰੋਕਣ ਵਾਸਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਹ ਜਲਦੀ ਹੀ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਇਹ ਜਲਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ, ਕਿਉਂਕਿ ਪੰਜਾਬ ਦਾ ਪਾਣੀ ਪਾਣੀ ਦੇ ਨਾਲ ਜਵਾਨੀ ਅਤੇ ਕਿਸਾਨੀ ਹੈ। ਕਿਸਾਨ ਵੀ ਜਿਹੜੀ ਅੱਜ ਖੇਤੀ ਕਰਦਾ ਹੈ ਪਾਣੀ ਦੇ ਸਿਰ 'ਤੇ ਕਰਦਾ ਹੈ। ਜੇਕਰ ਪਾਣੀ ਜ਼ਹਿਰੀਲਾ ਹੋ ਗਿਆ, ਨਾ ਜਵਾਨੀ ਬਚਣੀ ਹੈ ਨਾ ਕਿਸਾਨੀ ਬਚਣੀ ਹੈ। ਅਸੀਂ ਤੁਰੰਤ ਕਾਰਵਾਈ ਕਰਾਉਣ ਵਾਸਤੇ ਇਹਨਾਂ ਦੇ ਕੋਲ ਮੰਗ ਪੱਤਰ ਲੈ ਕੇ ਆਏ ਹਾਂ, ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਹੁਣ ਨਵਾਂ ਇੱਕ ਬਦਲਾਅ ਲਿਆ ਦਿਓ, ਜਿਹਦੇ ਨਾਲ ਜਿਹੜੇ ਇਹ ਲੋਕ ਫੈਕਟਰੀਆਂ ਦੇ ਮਾਲਕ ਨੇ ਭਾਵੇਂ ਪੰਜਾਬ ਸਾਰੇ 'ਚ ਲੱਗੀਆਂ ਹਨ, ਉਹ ਚੈੱਕ ਕਰਾਈਆਂ ਜਾਣ। ਜਿਨ੍ਹਾਂ ਨੇ ਬੋਰ ਕਰਕੇ ਪਾਣੀ ਜ਼ਮੀਨ ਵਿੱਚ ਪਾਏ ਹੋਏ ਹਨ, ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਸਲਾਕਾਂ ਦੇ ਅੰਦਰ ਸੁੱਟਿਆ ਜਾਵੇ, ਅਤੇ ਫੈਕਟਰੀਆਂ ਉਹਨਾਂ ਦੀਆਂ ਤੁਰੰਤ ਬੰਦ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਦਾਸ ਕੁਲਦੀਪ ਸਿੰਘ ਛਿੱਜਲਵੱਡੀ, ਬਲਾਕ ਪ੍ਰਧਾਨ, ਆਮ ਆਦਮੀ ਪਾਰਟੀ, ਹਲਕਾ ਬਾਬਾ ਬਕਾਲਾ ਸਾਹਿਬ। ਅੱਜ ਅਸੀਂ ਇੱਕ ਅਹਿਮ ਮੁੱਦੇ ਦੇ ਉੱਤੇ ਸਾਰੇ ਵਿਚਾਰ ਕਰਦੇ ਹਾਂ। ਅਹਿਮ ਮੁੱਦੇ ਦੇ ਉੱਤੇ ਸਰਦਾਰ ਗੁਰਪ੍ਰੀਤ ਸਿੰਘ ਖਹਿਰਾ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਇੱਕ ਪਾਣੀ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਕਿਉਂਕਿ ਗੁਰਬਾਣੀ ਦੇ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ, ਔਰ ਪਾਣੀ ਜਿਹੜਾ ਸਾਨੂੰ ਬਚਾਉਣਾ ਪਊਗਾ, ਕਿਉਂਕਿ ਰਿਸਰਚ ਦੇ ਅਕੋਰਡਿੰਗ ਪੰਜਾਬ ਦੇ ਅੰਦਰ ਪੀਣ ਯੋਗ ਪਾਣੀ ਜਿਹੜਾ 17 ਸਾਲ ਦਾ ਹੀ ਬਾਕੀ ਬਚ ਗਿਆ, ਉਹਨੂੰ ਆਪਾਂ ਬਚਾਉਣਾ, ਆਪਣੇ ਪਾਣੀ ਨੂੰ ਬਚਾਉਣਾ। ਪਾਣੀ ਨੂੰ ਬਚਾਉਣ ਵਾਸਤੇ 3 ਜਿਹੜੇ ਅਹਿਮ ਇਸ਼ੂ ਸੀਗੇ, ਜਿਹੜਾ ਇੱਕ ਟਾਂਗਰੇ ਦੇ ਕੋਲ ਫੈਕਟਰੀ ਆ, ਰਾਈਸ ਮਿੱਲ ਟਾਂਗਰੇ ਦੇ ਵਿੱਚ, ਸਨ ਸਟਾਰ ਉਹਦਾ ਨਾਂ ਹੈ, ਜਿਹਨੇ ਵੱਡੇ ਵੱਡੇ ਬੋਰ ਕਰਕੇ ਜਿਹੜਾ ਗੰਦਾ ਪਾਣੀ, ਦੂਸ਼ਿਤ ਪਾਣੀ ਜਿਹੜਾ ਆ ਉਹ ਧਰਤੀ ਹੇਠ ਘਲਾ ਦਿੱਤਾ, ਜਿਹਦੇ ਲਾਗੇ ਲਾਗੇ ਦੇ ਪਿੰਡ ਜਿਹੜੇ ਆ ਉਹ ਬਿਮਾਰੀ ਦੇ ਨਾਲ ਪੀੜਿਤ ਹੋ ਚੁੱਕੇ ਨੇ। ਦੂਸਰਾ, ਰਾਧਾ ਸੁਆਮੀ ਬਿਆਸ ਜਿਹੜਾ ਦਰਿਆ ਹੈ ਉਹਦੇ ਕੰਢੇ ਦੇ ਉੱਤੇ ਰਾਧਾ ਸੁਆਮੀ ਡੇਰਾ ਬਣਿਆ ਹੈ, ਅਤੇ ਉਹ ਡੇਰੇ ਦਾ ਜਿਹੜਾ ਦੂਸ਼ਿਤ ਪਾਣੀ, ਗੰਦਾ ਪਾਣੀ ਆ, ਉਹ ਜਿਹੜਾ ਵਾ ਬਿਆਸ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਇੱਕ ਉਹ ਸਾਡੀ ਮੰਗ ਸੀਗੀ। ਤੀਸਰੀ ਸਾਡੀ ਮੰਗ ਸੀਗੀ, ਬੜਾ ਅਹਿਮ ਇਸ਼ੂ ਰਿਹਾ ਪਿਛਲੀਆਂ ਸਰਕਾਰਾਂ ਵੇਲੇ, ਔਰ ਰਾਣਾ ਗੁਰਜੀਤ ਫੈਕਟਰੀ ਜਿਹੜੇ ਤੁਸੀਂ ਦੇਖਿਆ ਕਿ ਉੱਥੇ ਗੰਦਾ ਪਾਣੀ ਜਿਹੜਾ ਆ ਉਹ ਧਰਤੀ ਹੇਠ ਘਲਾਇਆ ਗਿਆ, ਰੋਈ ਦੇ ਵਿੱਚ ਸੁੱਟਿਆ ਗਿਆ, ਉਹਦਾ ਕੋਈ ਪੁਖਤਾ ਪ੍ਰਬੰਧ ਨਹੀਂ ਉਹਨਾਂ ਨੇ ਕੀਤਾ। ਸੋ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਹ 3 ਜਿਹੜੇ ਵੱਡੇ ਇਸ਼ੂ ਨੇ, ਪਾਣੀ ਨੂੰ ਬਚਾਉਣ ਵਾਸਤੇ ਅਸੀਂ ਇਹ ਮੁਹਿੰਮ ਜਿਹੜੀ ਆ ਵਿੱਢੀ ਹੋਈ ਹੈ, ਪਾਣੀ ਨੂੰ ਆਪਾਂ ਬਚਾਉਣਾ, ਕਿਉਂਕਿ ਪਾਣੀ ਬਚੂਗਾ ਤਾਂ ਜਿਹੜੇ ਲੋਕ ਨੇ ਉਹ ਇਹਨਾਂ ਬਿਮਾਰੀਆਂ ਤੋਂ ਮੁਕਤ ਹੋਣਗੇ। ਬਿਮਾਰੀਆਂ ਜਿਹੜੀਆਂ ਲੱਗ ਰਹੀਆਂ ਨੇ, ਇਹ ਪੀਣ ਯੋਗ ਪਾਣੀ ਜਿਹੜਾ ਵਾ ਉਹ ਆਪਾਂ ਬਚਾਉਣਾ। ਸੋ ਇਸ ਕਰਕੇ ਅੱਜ ਖਹਿਰਾ ਸਾਹਿਬ ਜੀ ਕੋਲ ਆਏ ਸੀਗੇ। ਸਾਨੂੰ ਆਸ ਹੈ ਕਿ ਇਹ ਸਾਡਾ ਜਿਹੜਾ ਮੰਗ ਪੱਤਰ ਹੈ ਉਹ ਮੰਨ ਲਿਆ ਜਾਵੇਗਾ, ਔਰ 3 ਫੈਕਟਰੀਆਂ ਉੱਤੇ, ਜਿਹਨੇ 3 ਮੁੱਦਿਆਂ ਦੇ ਉੱਤੇ ਜਿਹਨਾਂ 'ਤੇ ਅਸੀਂ ਮੰਗ ਪੱਤਰ ਦਿੱਤਾ ਆ, ਉਹ 'ਤੇ ਕਾਰਵਾਈ ਜ਼ਰੂਰ ਹੋਊ। ਜਿਵੇਂ ਆਪ ਸਭ ਨੂੰ ਭਲੀ ਭਾਤ ਪਤਾ ਕਿ ਅੱਜ ਪੰਜਾਬ ਦਾ ਜਿਹੜਾ ਪਾਣੀ ਆ ਬਹੁਤ ਹੀ ਗੰਦਲਾ ਹੋ ਚੁੱਕਾ ਆ। ਸੋ ਇਸੇ ਕਰਕੇ ਅਸੀਂ ਡੀ ਸੀ ਸਾਹਿਬ ਨੂੰ, ਗੁਰਪ੍ਰੀਤ ਸਿੰਘ ਖਹਿਰਾ ਜੀ ਨੂੰ ਅੱਜ ਮਿਲੇ ਅਸੀਂ ਇਸ ਪਾਣੀ ਦੇ ਮਸਲੇ 'ਤੇ,
क्योंकि इस पानी के मतलब जिम्मे दसा कि टांगरा के लागे सनस्टाइल फैक्ट्री आ जिम्मे डेरा ब्यास वाले पानी आ राणा गुरजीत सिंह जी तिने ये तीन दो फैक्ट्रिया एक डेरा आ जो ये पंजाब के पानी में बहुत ही दरिया के पानी में गंदला किया जा रहा जदों की असी जो सा पवित्र स्थान जो गोइंदवाल साहब वह सुखौली साहब का जो जल आ उन्होंने पवित्र करके असं उस जल में छकते हैं उस जल में भी इन्हें इतों तक गंदला करता जो डेरे ब्यास का टूटिया का पानी है ज बाथरूम का पानी आ सारा डेरे का पानी और निकास जरा इन्होंने दरिया वालू किया हो सो असी अपील करते हैं पंजाब सरकार मुख्यमंत्री साहब न कि डेरे उत्ते भी एक्शन होना चाहिए जिमें राणा गुरजीत सिंह की बुटर मिल आ उन्होंने भी तुरंत एक्शन वो चीज़ों उत्तर वेख के जो वो दोषी पाए जाते हैं तो तुरंत उन्होंने एक्शन होना चाहिए उनके जो फैक्ट्रिया ने वो भी सील होनिया चाहिए ने जिमें सनस्टाइल वाले का पानी जिमें उन्होंने कहा कि बोर करके धरती के थले भेजा तो पानी में गंदला किया जा रहा सो उन्होंने भी तुरंत एक्शन करके उन्होंने फैक्ट्री को सील करना चाहिए उन्होंने जोड़े दोषी ने लोग उन्होंने उपर फैक्ट्रिया के मालिक के उपर कार्रवाई होनी चाहिए वाहेगुरू जी का खालसा वाहेगुरू जी की फतह। Good evening.